ਕਦੇ ਕੋਈ ਮੈਨੂੰ ਛੱਕਾ ਕਦੇ ਹੀਜੜਾ ਤੇ ਕਦੇ ਜਨਾਨਾ ਕਿਹਾ ਜਾਂਦਾ ਸੀ ਮੈਂ ਸੋਚਦੀ ਰਹਿੰਦੀ ਕਿ ਮੈਂ ਕਿਹਦੇ ਨਾਲ ਖੇਡਣਾ ਹੈ ਕਿਹਦੇ ਨਾਲ ਬੋਲਣਾ ਹੈ ਬਸ ਕੁੜੀਆਂ ਵੀ ਮੇਰੇ ਨਾਲ ਘੱਟ ਗੱਲ ਕਰਦੀਆਂ ਮੁੰਡੇ ਵੀ ਮੈਨੂੰ ਬੁਲਾਉਂਦੇ ਨਾ ਮੈਂ ਉਹਦੀਆਂ ਗੱਲਾਂ 'ਚ ਇੰਨੀ ਕੁ ਬੇਤਿਆਨ ਬੇਮਹਫੂਸ ਹੋ ਗਈ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਨੇ ਆਪਣਾ ਹੱਥ ਨਾ ਮੇਰੇ ਪੱਟ ਤੇ ਰੱਖ ਲਿਆ ਕਹਿੰਦੇ ਮੇਰੇ ਪਾਪਾ ਕਹਿੰਦੇ ਮਰਦ ਬਣ ਮਦ ਤੂੰ ਤਾਂ ਸਾਡੀ ਬਦਨਾਮੀ ਕਰਾ ਰੱਖੀ ਹੈ ਜਦੋਂ ਅੱਜ ਵੀ ਮੈਨੂੰ ਕਿੱਸਾ ਯਾਦ ਆਉਂਦਾ ਨਾ ਮੇਰੇ ਰੋਂਗ ਤੇ ਖੜੇ ਹੋ ਜਾਂਦੇ ਨੇ ਕਿ ਕਿਵੇਂ ਮੇਰੀ ਫੈਮਲੀ ਨਹੀਂ ਨੇ ਮੈਨੂੰ ਵੇੜੇ ਚ ਖੜੀ ਇਸਕੜੀ ਇਸਕੇ ਕੁੱਟਿਆ ਮੈਨੂੰ ਤਾਂ ਮਰਨ ਲਈ ਘੱਟੋ ਘੱਟ ਇੱਕ ਪੇ ਚਾਹੀਦਾ ਹੈ ਕਿਉਂ ਨਾ ਜਿਹੜੇ ਮੈਨੂੰ ਅੱਜ ਟਾਰਚਰ ਕਰ ਰਹੇ ਨੇ ਉਹਨਾਂ ਨੂੰ ਮੈਂ ਜ਼ਿੰਦਗੀ ਜਿਉ ਕੇ ਦਿਖਾਵਾਂ ਕਿੰਨਾ ਚੰਗਾ ਲੱਗਦਾ ਜਦੋਂ ਤੁਸੀਂ ਗਲੀ ਗਵਾਂਡ ਵਿੱਚ ਫੇਮਸ ਹੁੰਦੇ ਹੋ ਸਾਰੇ ਤੁਹਾਨੂੰ ਪਿਆਰ ਕਰਦੇ ਨੇ ਕਦੇ ਕੋਈ ਅੰਕਲ ਕਦੇ ਕੋਈ ਆਂਟੀ ਤੁਹਾਨੂੰ ਆਪਣੇ ਕੋ ਬੁਲਾ ਲੈਂਦੇ ਨੇ ਤੁਹਾਡੇ ਨਾਲ ਗੱਲਾਂ ਕਰਦੇ ਨੇ ਸਾਰੇ ਤੁਹਾਨੂੰ ਪਿਆਰ ਕਰਦੇ ਹੋਣ ਮੈਂ ਵੀ ਆਪਣੇ ਪਿੰਡ ਦੀਆਂ ਫੇਮਸ ਹਸਤੀਆਂ ਵਿੱਚੋਂ ਇੱਕ ਹਾਂ ਸਾਰੇ ਬੱਚੇ ਮੈਨੂੰ ਵੀ ਪਿਆਰ ਕਰਦੇ ਸੀ ਮੈਨੂੰ ਵੀ ਆਪਣੇ ਕੋਲ ਬੁਲਾਇਆ ਕਰਦੇ ਸੀ ਕਦੇ ਕੋਈ ਅੰਕਲ ਕਦੇ ਕੋਈ ਆਂਟੀ ਮੈਨੂੰ ਆਪਣੇ ਕੋਲ ਬੁਲਾ ਲੈਂਦੇ ਸੀ ਬਸ ਫਰਕ ਇੰਨਾ ਸੀ ਕਿ ਮੇਰਾ ਨਾਮ ਆਪਣੀ ਮਰਜ਼ੀ ਨਾਲ ਹੀ ਰੱਖ ਦਿੰਦੇ ਸੀ ਕਦੇ ਕੋਈ ਮੈਨੂੰ ਛੱਕਾ ਕਦੇ ਹੀਜੜਾ ਤੇ ਕਦੇ ਜਨਾਨਾ ਕਿਹਾ ਜਾਂਦਾ ਸੀ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਜਸਲੀਨ ਮੈਨੂੰ ਅੱਜਕੱਲ ਪਿਆਰ ਨਾਲ ਜਸਲੀਨ ਪਟਿਆਲਾ ਕਹਿੰਦੇ ਨੇ ਮੇਰਾ ਨਾਮ ਘਾਟੀ ਵਰਤੋਂ ਚਾਹੁੰਦਾ ਹਾਂ ਮੈਂ ਰਹਿਣ ਵਾਲੀ ਆ ਪਟਿਆਲੇ ਸ਼ਹਿਰ ਲਈ ਨੇੜੇ ਇੱਕ ਪਿੰਡ ਦੀ ਮੈਨੂੰ ਲੱਗਦਾ ਹੈ ਕਿ ਮੇਰਾ ਜਨਮ ਗਲਤ ਸਰੀਰ ਵਿੱਚ ਹੋਇਆ ਸ਼ਾਮ ਨੂੰ ਜਦੋਂ ਗਲੀ ਗਵਾਂਡੇ ਵਿੱਚ ਇੱਕ ਪਾਸੇ ਮੁੰਡੇ ਤੇ ਇੱਕ ਪਾਸੇ ਕੁੜੀਆਂ ਦਾ ਗੁੱਟ ਹੋਇਆ ਕਰਦਾ ਸੀ ਕੁੜੀਆਂ ਕਹਿੰਦੀਆਂ ਸੀ ਕਿ ਪੀਚੋ ਖੇਡਣਾ ਹੈ ਤੇ ਮੁੰਡੇ ਕਹਿੰਦੇ ਗੁੱਲੀ ਡੰਡਾ ਤੇ ਮੇਰੇ ਦਿਮਾਗ 'ਚ ਕੋਈ ਦੂਜਾ ਖਿਆਲ ਨਹੀਂ ਸੀ ਆਉਂਦਾ ਮੈਂ ਝੱਟਪਟ ਭੱਜ ਕੇ ਕੁੜੀਆਂ ਨਾਲ ਪੀਚੋ ਖੇਡਣਾ ਸ਼ੁਰੂ ਕਰ ਦਿੰਦੀ ਉਦੋਂ ਉਮਰ ਵੀ ਬਹੁਤ ਨਦਾਨ ਸੀ ਕਿਸੇ ਨੂੰ ਕੋਈ ਦਿੱਕਤ ਵੀ ਨਹੀਂ ਸੀ ਆਇਆ ਕਰਦੀ ਤੇ ਉਦੋਂ ਤਾਂ ਬੱਚਿਆਂ ਨੂੰ ਇੰਨਾ ਮੇਲ ਫੀਮੇਲ ਦਾ ਜੈਂਡਰ ਵੀ ਨਹੀਂ ਨਾ ਪਤਾ ਹੁੰਦਾ ਤਾਂ ਜੋ ਉਹਨਾਂ ਨੂੰ ਇੰਨਾ ਗੱਲਾਂ ਬਾਰੇ ਪਤਾ ਹੋਵੇ ਕਿ ਅਸੀਂ ਚੀਜ਼ ਕੀ ਆ ਇਸ ਲਈ ਉਦੋਂ ਕਿਸੇ ਨੂੰ ਕੋਈ ਦਿੱਕਤ ਨਹੀਂ ਸੀ ਆਇਆ ਕਰਦੀ ਜਿਉਂ ਜਿਉਂ ਥੋੜੀ ਵੱਡੀ ਹੋਈ ਲੋਕਾਂ ਦੀਆਂ ਨਜ਼ਰਾਂ ਮੇਰੇ ਤੇ ਟਿਕਣ ਲੱਗ ਪਈਆਂ ਬਸ ਐਵੇਂ ਲੋਕ ਮੈਨੂੰ ਦੇਖਿਆ ਕਰਨ ਵੱਡੇ ਅੰਕਲ ਮੈਨੂੰ ਟੋਕ ਜਾਇਆ ਕਰਨ ਕਦੇ ਕੋਈ ਗਲੀ ਗਵਾਂਡ ਦਾ ਮੈਨੂੰ ਆ ਕੇ ਕਹਿ ਦਿਆ ਕਰੀ ਕਿ ਜਸਲੀਨ ਤੂੰ ਕੀ ਕਰਦੀ ਆ ਤੇ ਬਸ ਫਿਰ ਕੁੜੀਆਂ ਨੇ ਵੀ ਮੂੰਹ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਬਸ ਫਿਰ ਉਸ ਤੋਂ ਬਾਅਦ ਮੇਰਾ ਪਿੱਛੋ ਖੇਡਣਾ ਹੋ ਗਿਆ ਬੰਦਰ ਥੋੜੀ ਵੱਡੀ ਹੋਈ ਫਿਰ ਮੈਂ 6ਵੀਂ ਜਮਾਤ ਵਿੱਚ ਚਲੀ ਗਈ ਉਹੀ ਕਲਾਸਮੇਟਸ ਯਾਰ ਦੋਸਤ ਜਿਹੜੇ ਪਹਿਲਾਂ ਮੇਰੇ ਨਾਲ ਹੱਸਿਆ ਕਰਦੇ ਸੀ ਖੇਡਿਆ ਕਰਦੇ ਸੀ ਬੋਲਿਆ ਕਰਦੇ ਸੀ ਬਸ ਦੂਰ ਦੂਰ ਹੋਣ ਲੱਗ ਗਏ ਮੇਰੇ ਤੋਂ ਮੈਨੂੰ ਦੇਖ ਕੇ ਮੂੰਹ じゃ ਬਣਾ ਲਿਆ ਕਰਨ ਕਦੇ ਮੈਨੂੰ ਕਲਾਸ 'ਚ ਕੋਈ ਕਾਪੀ ਨਹੀਂ ਸੀ ਦਿੰਦਾ ਆਪਣੀ ਕੰਮ ਕਰਨ ਲਈ ਬਸ ਮੈਨੂੰ ਦੇਖਦੇ ਰਹਿੰਦੇ ਸੀ ਕਿ ਇਹ ਕੀ ਮੂਵਮੈਂਟਸ ਕਰਦੀ ਰਹਿੰਦੀ ਆ ਬਸ ਫਿਰ ਵੀ ਮੈਂ ਫਿਰ ਵੀ ਮੈਂ ਪਰਵਾਹ ਨਹੀਂ ਸੀ ਕਰਦੀ ਫਿਰ ਵੀ ਮੈਂ ਜ਼ਿੰਦਗੀ ਨੂੰ ਜਿਉਂਦੀ ਰਹਿੰਦੀ ਕਦੇ ਸੋਚਦੀ ਨਾ ਪਰ ਬਟ ਮੇਰੇ ਲਈ ਤਾਂ ਬਹੁਤ ਦਿੱਕਤਾਂ ਦਾ ਮੈਨੂੰ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਮੈਂ ਹੌਲੀ-ਹੌਲੀ ਜਦੋਂ ਮੈਂ ਲੋਕਾਂ 'ਚ ਵਿਚਰਨਾ ਸ਼ੁਰੂ ਕਰ ਦਿੱਤਾ ਮੈਂ ਰੋਜ਼ ਦੇ ਆਪਣੇ ਸੰਘਰਸ਼ ਵਿੱਚ ਰਹਿੰਦੀ ਤਾਂ ਇੱਕ ਦਿਨ ਨਾ ਇੱਕ ਸੀਨੀਅਰ ਮੇਰੇ ਕੋਲ ਆ ਕੇ ਬੈਠ ਗਿਆ ਮੇਰੇ ਨਾਲ ਗੱਲਾਂ ਕਰਨ ਲੱਗ ਗਿਆ ਮੈਂ ਬੜੇ ਦਿਨਾਂ ਬਾਅਦ ਉਸ ਦਿਨ ਹੱਸੀ ਮੈਨੂੰ ਯਾਦ ਹੈ ਮੈਂ ਉਹਦੀਆਂ ਗੱਲਾਂ 'ਚ ਇੰਨੀ ਕੁ ਬੇਤਿਆਨ ਬੇਮਹਫੂਸ ਹੋ ਗਈ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਨੇ ਆਪਣਾ ਹੱਥ ਨਾ ਮੇਰੇ ਪੱਟ ਤੇ ਰੱਖ ਲਿਆ ਮੈਂ ਚੰਗੀ ਭਲੀ ਹੱਸਦੀ ਹੱਸਦੀ ਨਾ ਇੱਕ ਲਖਤ ਪਤਾ ਹੀ ਨਹੀਂ ਲੱਗਿਆ ਮੈਨੂੰ ਕੀ ਹੋ ਗਿਆ ਮੈਂ ਚੁੱਪ ਹੋ ਗਈ ਤੇ ਭੱਜ ਗਈ ਉਥੋਂ ਉੱਠ ਕੇ ਤੇ ਮੈਂ ਮੇਰੀ ਹਿੰਮਤ ਨਹੀਂ ਸੀ ਕਿਸੇ ਨੂੰ ਆਕੇ ਇਹ ਗੱਲ ਦੱਸਾਂ ਬਸ ਜ਼ਿੰਦਗੀ ਦੇ ਕੌੜੇ ਕੁੱਟ ਦੀ ਤਰ੍ਹਾਂ ਨਾ ਆਪਣੇ ਅੰਦਰ ਸਮਾ ਬੈਠੀ ਜੀ ਕਰਦਾ ਸੀ ਕੋਈ ਵੀ ਰੋ ਲਾਵਾਂ ਕੋਈ ਕੋਨਾ ਪਕੜ ਕੇ ਪਰ ਕਦ ਤੱਕ ਰੋਂਦੀ ਰਹਿੰਦੀ ਮੈਂ ਤਾਂ ਹਮੇਸ਼ਾ ਹੀ ਰੋਂਦੀ ਰਹਿੰਦੀ ਸੀ ਫਿਰ ਉਸ ਤੋਂ ਬਾਅਦ ਮੈਂ ਰੋਜ਼ ਮਰਦੀ ਜ਼ਿੰਦਗੀ ਚ ਆਪਣਾ ਸਕੂਲਿੰਗ ਟਾਈਮ ਪੂਰਾ ਕਰ ਲਿਆ ਪਰ ਮੇਰੇ ਲਈ ਬਹੁਤ ਔਖਾ ਸੀ ਜ਼ਿੰਦਗੀ ਨੂੰ ਜਿਉਣਾ ਮੈਂ ਸਕੂਲ ਜਾਂਦੀ ਮੈਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਦੇ ਕੋਈ ਮੈਨੂੰ ਟੋਕ ਦਿੰਦਾ ਮੈਂ ਮੈਂ ਸੋਚਦੀ ਰਹਿੰਦੀ ਕਿ ਮੈਂ ਕਿਹਦੇ ਨਾਲ ਖੇਡਣਾ ਹੈ ਕਿਹਦੇ ਨਾਲ ਬੋਲਣਾ ਹੈ ਬਸ ਕੁੜੀਆਂ ਵੀ ਮੇਰੇ ਨਾਲ ਘੱਟ ਗੱਲ ਕਰਦੀਆਂ ਮੁੰਡੇ ਵੀ ਮੈਨੂੰ ਬੁਲਾਉਂਦੇ ਨਾ ਤੇ ਮੈਂ ਸੋਚਦੀ ਰਹਿੰਦੀ ਯਾਰ ਮੇਰੇ ਵਰਗਾ ਤਾਂ ਕੋਈ ਨਹੀਂ ਤੇ ਮੈਂ ਸਭ ਤੋਂ ਆਪਣੇ ਆਪ ਨੂੰ ਡਿਫਰੈਂਟ ਸਮਝਣ ਲੱਗ ਪਈ ਇੱਕ ਦਿਨ ਸਾਨੂੰ ਸਾਰਿਆਂ ਨੂੰ ਮੇਰੇ ਬ੍ਰਦਰ ਸਿਸਟਰ ਨੂੰ ਮੇਰੇ ਪਾਪਾ ਵਿਆਹ ਤੇ ਲੈ ਗਏ ਸਾਰੀ ਫੈਮਿਲੀ ਵਿਆਹ ਤੇ ਗਈ ਹੋਈ ਸੀ ਇਹ ਕਾਫੀ ਵੱਡਾ ਫੰਕਸ਼ਨ ਸੀ ਮੈਂ ਆਪਣੀਆਂ ਭੈਣ ਦੀਆਂ ਸਹੇਲੀਆਂ ਕੋਲ ਜਾ ਕੇ ਬੈਠ ਗਈ ਅਸੀਂ ਕਾਫੀ ਟਾਈਮ ਗੱਲਾਂ ਕੀਤੀਆਂ ਮੈਂ ਉਹ ਕੁੜੀਆਂ ਨਾਲ ਹੱਸਦੀ ਰਹੀ ਖੇਡਦੀ ਰਹੀ ਅਸੀਂ ਗੀਤ ਗੁੰਗੁਣਾਉਂਦੀਆਂ ਰਹੀਆਂ ਅਸੀਂ ਉੱਥੋਂ ਕਿਤੇ ਗੀਟੇ ਲੱਭ ਲਏ ਤੇ ਅਸੀਂ ਉਹ ਗੀਟੇ ਖੇਡਣ ਲੱਗ ਪਈਆਂ ਤੇ ਸ਼ਾਮ ਹੋ ਗਈ ਤੇ ਅਸੀਂ ਘਰ ਵਾਪਸ ਆ ਗਏ ਮੇਰੇ ਪਾਪਾ ਕਹਿੰਦੇ ਕੀ ਤੂੰ ਕਿਤੇ ਲਜਾਣ ਦੇ ਕਾਬਿਲ ਨਹੀਂ ਮੈਂ ਸੋਚੀ ਜਾਵਾਂ ਕਿ ਮੈਂ ਗਲਤੀ ਕੀ ਕੀਤੀ ਹੈ ਜੋ ਅੱਜ ਮੈਨੂੰ ਫੈਮਲੀ ਐਵੇਂ ਕਹਿ ਰਹੀ ਆ ਕਹਿੰਦੇ ਮੇਰੇ ਪਾਪਾ ਕਹਿੰਦੇ ਮਰਦ ਬਣ ਮਦ ਤੂੰ ਤਾਂ ਸਾਡੀ ਬਦਨਾਮੀ ਕਰਾ ਰੱਖੀ ਆ ਕਿੰਦੇ ਲੋਕ ਤੇਨੂੰ ਕਿਵੇਂ ਦੇਖ ਰਹੇ ਸੀ ਤੇ ਉਸ ਤੋਂ ਬਾਅਦ ਮੇਰਾ ਵਿਆਹਾਂ ਤੇ ਜਾਣਾ ਵੀ ਹੋ ਗਿਆ ਬੰਦ ਬਸ ਐਵੇਂ ਇੱਕ ਦਿਨ ਘਰ ਬੈਠੀ ਬੈਠੀ ਨੇ ਮਾਂ ਦੀ ਪੇਟੀ ਚੋਂ ਕੱਢ ਕੇ ਸੂਟ ਪਾ ਲਿਆ ਤੇ ਆਪਣੇ ਲੰਬੇ ਜੇ ਵਾਲਾਂ ਨੂੰ ਵਾਈ ਜਾਵਾਂ ਕਦੇ ਵਾਲਾਂ ਨੂੰ ਇੱਧਰ ਕਰ ਲਿਆ ਕਰਾਂ ਕਦੇ ਸੇ ਟਕ ਲਿਆ ਕਰਾਂ ਸਿਰ ਤੋਂ ਚੁੰਨੀ ਉਤਾਰ ਦਿਆ ਕਰਾਂ ਆਪਣੀ ਬਣਾਈ ਦੁਨੀਆ 'ਚ ਗਵਾਚ ਗਈ ਪਤਾ ਹੀ ਨਹੀਂ ਲੱਗਿਆ ਕਦੋਂ ਘਰ ਪਰਿਵਾਰ ਆ ਗਿਆ ਤੇ ਅਜੇ ਮੇਰੀ ਇਸ ਦੁਨੀਆ 'ਚੋਂ ਵਾਪਸ ਆਉਣ ਦੀ ਧੀਰ ਸੀ ਕਿ ਮੇਰੇ ਪਾਪਾ ਨੇ ਇੱਕ ਮੇਰੇ ਮੂੰਹ ਤੇ ਐਡੀ ਜ਼ੋਰ ਕੇ ਚਪੇੜ ਮਾਰੀ ਤੇ ਫਿਰ ਇੱਕ ਚਪੇੜ ਫਿਰ ਇੱਕ ਚਪੇੜ ਮੈਂ ਉੱਚੀ ਉੱਚੀ ਰੋਣ ਲੱਗ ਪਈ ਤੇ ਘਰ ਗਾਹ ਪੈ ਗਿਆ ਜਦੋਂ ਅੱਜ ਵੀ ਮੈਨੂੰ ਉਹ ਕਿੱਸਾ ਯਾਦ ਆਉਂਦਾ ਨਾ ਤਾਂ ਮੇਰੇ ਰੋਂਗਤੇ ਖੜੇ ਹੋ ਜਾਂਦੇ ਨੇ ਕਿ ਕਿਵੇਂ ਮੇਰੀ ਫੈਮਲੀ ਨੇ ਮੈਨੂੰ ਵਿੜੇ ਚ ਘੜੀ ਇਸ ਘੜੀ ਇਸਕੇ ਕੁੱਟਿਆ ਤੇ ਉਸ ਤੋਂ ਬਾਅਦ ਮੇਰਾ ਨੱਚਣਾ ਵੀ ਹੋ ਗਿਆ ਬੰਦ ਫਿਰ ਮੈਂ ਰੋਜ਼ ਦੀ ਟਾਈਮਿੰਗ 'ਚ ਆਪਣਾ ਸਕੂਲਿੰਗ ਟਾਈਮ ਪੂਰਾ ਕਰ ਲਿਆ ਤੇ ਨੇੜਲੇ ਕਾਲਜ ਭਰਤੀ ਹੋ ਗਈ ਫਿਰ ਮੈਨੂੰ ਬੜਾ ਚਾਸੀ ਮੈਡੀਕਲ ਦੀ ਸਿੱਖਿਆ ਦਾ ਮੈਂ ਨੇੜਲੇ ਪਿੰਡ ਦੇ ਕਾਲਜ 'ਚ ਭਰਤੀ ਹੋ ਗਈ। ਉੱਥੇ ਮੈਨੂੰ ਕੁਝ ਲੋਕ ਚੰਗੇ ਵੀ ਟੱਕਰੇ ਜਿਹੜੇ ਕਿ ਮੈਨੂੰ ਕਹਿੰਦੇ ਰਹਿੰਦੇ ਕੀ ਹਾਲ ਹੈ ਜਸਲੀਨ ਕਿਵੇਂ ਆ ਜਸਲੀਨ ਮੇਰਾ ਹੌਸਲਾ ਖੋਲਣ ਲਈ ਤਾਂ ਇੰਨਾ ਹੀ ਕਾਫੀ ਸੀ। ਹੌਲੀ-ਹੌਲੀ ਮੈਂ ਗੱਲਾਂ ਕਰਨੀਆਂ ਮੇਰਾ ਮੇਰਾ ਇੰਟਰਸਟਡ ਮੈਂ ਇੰਟਰਸਟਡ ਹੁੰਦੀ ਸੀ ਕਿ ਮੈਂ ਰੋਜ਼ ਮਤਲਬ ਸਕੂਲ ਦੀ ਕਾਲਜ ਦੀ ਅਸੈਂਬਲੀ 'ਚ ਜਾ ਕੇ ਭਾਸ਼ਣ ਦੇਣਾ ਕਦੇ 26 ਜਨਵਰੀ ਤੇ ਕਦੇ ਜਿਵੇਂ ਕੋਈ ਫੈਸਟੀਵਲ ਆਉਣਾ ਮੈਂ ਕਾਲਜ 'ਚ 1.5 ਸਾਲ ਆਪਣਾ ਕੀਤਾ ਤੇ ਮੈਂ ਸਟੂਡੈਂਟਾਂ ਦੇ ਹੱਕਾਂ ਲਈ ਲੜਨ ਲੱਗ ਗਈ ਕਦੇ ਕੋਈ ਫੀਸ ਪਿੱਛੇ ਰੌਲਾ ਪੈ ਗਿਆ ਤਾਂ ਮੈਂ ਛੱਟ ਕਾਲਜ ਦੇ ਪ੍ਰਿੰਸੀਪਲ ਕੋਲ ਚਲੀ ਜਾਣਾ ਮੈਂ ਡਰਦੀ ਨਹੀਂ ਸੀ ਮੈਂ ਬੋਲਣਾ ਸ਼ੁਰੂ ਕਰ ਦਿੱਤਾ ਮੈਂ ਲੜਨਾ ਸ਼ੁਰੂ ਕਰ ਦਿੱਤਾ ਪਰ ਇੱਕ ਬਸ ਇੱਕ ਦਿਨ ਟੀਚਰ ਆ ਕੇ ਮੈਨੂੰ ਕਹਿੰਦੀ ਕਿ ਜਸਲੀਨ ਤੁਸੀਂ ਇਹ ਕਾਲਜ ਛੱਡ ਦਿਓ ਮੈਂ ਨੇ ਕਿਹਾ ਲੋਕਾਂ ਦੀ ਲੜਨ ਲੜਨ ਵਾਲੀ ਜਸਲੀਨ ਅੱਜ ਖੁਦ ਦੇ ਹੱਕਾਂ ਲਈ ਲੜ ਰਹੀ ਆ ਮੈਂ ਕਿਹਾ ਮੈਂ ਕਾਲਜ ਨਹੀਂ ਛੱਡਦੀ ਹੌਲੀ ਹੌਲੀ ਇਹ ਗੱਲ ਘਰ ਪਹੁੰਚ ਗਈ ਤੇ ਘਰ ਦੇ ਕਹਿੰਦੇ ਤੂੰ ਕਾਲਜ ਛੱਡ ਦੇ ਪਰ ਮੈਂ ਆਪਣੀ ਜ਼ਿੱਦ ਤੇ ਅੜੀ ਹੋਈ ਸੀ ਕਿ ਮੈਂ ਕਾਲਜ ਨਹੀਂ ਛੱਡਣਾ ਘਰ ਵਾਲਿਆਂ ਨੇ ਮੇਰੀ ਕਾਲਜ ਦੀ ਫੀਸ ਨਾ ਦਿੱਤੀ ਜਿਸ ਤੋਂ ਬਾਅਦ ਮੈਂ ਕਾਲਜ ਤੋਂ ਮੈਨੂੰ ਕੱਢ ਦਿੱਤਾ ਗਿਆ ਫਿਰ ਮੈਂ ਘਰ ਆ ਗਈ ਜੀ ਕਰਦਾ ਸੀ ਕੋਈ ਕੋਨਾ ਪਕੜ ਲਾਂ ਫਿਰ ਨਹੀਂ ਫਿਰ ਸੋਚਿਆ ਕਿ ਸੁਸਾਈਡ ਕਰ ਜਾ ਮਰ ਜਾਵਾਂ ਫਿਰ ਮੈਂ ਮਰਨ ਤੋਂ ਪਹਿਲਾਂ ਸੋਚਿਆ ਕਿ ਇਸ ਗੱਲ ਵਿੱਚ ਹਾਰ ਤਾਂ ਮੇਰੀ ਹੀ ਹੋਣੀ ਹੈ ਤੇ ਮੈਂ ਇੱਕ ਦਿਨ ਕੀ ਕੀਤਾ ਮੈਂ ਇੱਕ ਦਿਨ ਨਾ ਸੁਸਾਈਡ ਨੋਟਿਸ ਲਿਖਣ ਲੱਗ ਗਈ ਕਿ ਮੈਂ ਅੱਜ ਤਾਂ ਸੁਸਾਈਡ ਕਰ ਲੈਣੀ ਆ ਮੈਂ ਹਾਫ ਪੇਜ ਲਿਖਿਆ ਮੈਂ ਇੰਨੀ ਮੈਂਟਲੀ ਡਿਸਟਰਬ ਸੀ ਕਿ ਮੈਨੂੰ ਨੀਂਦ ਆ ਗਈ ਜੇ ਜਦੋਂ ਮੈਂ 2.5 ਘੰਟਿਆਂ ਬਾਅਦ ਉੱਠੀ ਮੈਂ ਦੇਖਿਆ ਕਿ ਇਹ ਪੇਜ ਕਿਨੇ ਲਿਖਿਆ ਹੈ ਵੀ ਮੈਂ ਜਸਲੀਨ ਮਰ ਰਹੀ ਆ ਇਹ ਵੋ ਐਕਸ ਵਾਈ ਜ਼ੈਡ ਨਾਥਿੰਗ ਟੂ ਵਰਡਸ ਮੈਂ ਕਿਹਾ ਨਹੀਂ ਇਹ ਤਾਂ ਪਾਗਲਾਨੀ ਹਰਕਤਾਂ ਨੇ ਮੈਨੂੰ ਤਾਂ ਮਰਨ ਲਈ ਘੱਟੋ-ਘੱਟ ਇੱਕ ਪੇਜ ਚਾਹੀਦਾ ਹੈ ਕਿਉਂ ਨਾ ਜਿਹੜੇ ਮੈਨੂੰ ਅੱਜ ਟੌਰਚਰ ਕਰ ਰਹੇ ਨੇ ਉਹਨਾਂ ਨੂੰ ਮੈਂ ਜ਼ਿੰਦਗੀ ਜਿਉ ਕੇ ਦਿਖਾਵਾਂ ਜੋ ਅੱਜ ਮੇਰੀ ਬੋਲਤੀ ਬੰਦ ਕਰ ਰਹੇ ਨੇ ਕਿਉਂ ਨਾ ਮੈਂ ਅੱਜ ਉਹਨਾਂ ਦੀ ਬੋਲਤੀ ਬੰਦ ਕਰਾਂ ਬਸ ਇਹ ਸੋਚ ਕੇ ਨਾ ਮੈਂ ਘਰ ਤੋਂ ਨਿਕਲ ਗਈ ਮੈਂ ਘਰ ਤੋਂ ਅਲੱਗ ਰਹਿਣਾ ਸ਼ੁਰੂ ਕਰ ਦਿੱਤਾ ਮੈਂ ਇਕੱਲੀ ਰਹਿੰਦੀ ਮੈਂ ਮੈਡੀਕਲ ਦੀ ਨਾਲ ਨਾਲ ਸਿੱਖਿਆ ਲਈ ਤੇ ਨਾਲ ਨਾਲ ਗੁਰੂ ਘਰ ਜਾਂਦੀ ਸੇਵਾ ਕਰਦੀ ਤੇ ਪੇਸ਼ੈਂਟ ਕੇਅਰ ਦਾ ਕੰਮ ਕਰਦੀ ਤੇ ਹੌਲੀ-ਹੌਲੀ ਮੈਂ ਜਿਹੜੇ ਐਨਜੀਓਜ਼ ਬਣੇ ਹੋਏ ਉਹਨਾਂ ਨਾਲ ਚਲੀ ਜਾਂਦੀ ਹਸਪੀਟਲਸ ਸੇਵਾ ਕਰਨ ਹੌਲੀ-ਹੌਲੀ ਮੈਂ মিডিਆ ਦੀ ਨਜ਼ਰ ਵਿੱਚ ਆ ਗਈ ਤੇ ਮੈਂ ਆਪਣੇ ਆਪ ਨੂੰ ਜੱਗ ਜ਼ਾਹਰ ਕਰ ਦਿੱਤਾ ਤੇ ਅੱਜ ਮੈਂ ਬਿਨਾਂ ਕਿਸੇ سپورਟ ਤੋਂ ਪਟਿਆਲਾ ਵਿੱਚ ਇਕੱਲੀ ਰਹਿ ਰਹੀ ਹਾਂ ਮੈਂ ਆਪਣਾ ਕਮਾਉਣੀ ਆ ਖਾਨਣੀ ਆ ਖੁਦ ਦੀ ਜ਼ਿੰਦਗੀ ਜਿਉ ਰਹੀ ਆ ਜਿਵੇਂ ਮੇਰਾ ਦਿਲ ਕਰੇ ਮੈਂ ਉਸ ਤਰ੍ਹਾਂ ਜ਼ਿੰਦਗੀ ਨੂੰ ਜਿਉਣੀ ਆ ਮੈਨੂੰ ਕਿਸੇ ਦੀ سپورਟ ਨਹੀਂ ਮੇਰਾ ਕੋਈ ਕਦੇ ਹਾਲ ਨਹੀਂ ਸੀ ਪੁੱਛਦਾ ਮੇਰੀ ਫੈਮਿਲੀ ਨੇ ਕਦੇ ਅੱਜ ਤੱਕ ਮੈਨੂੰ ਕਾਲ ਕਰਕੇ ਨਹੀਂ ਪੁੱਛਿਆ ਮੈਂ ਅੱਜ ਬਿਨਾਂ ਕਿਸੇ سپورਟ ਤੋਂ ਪਟਿਆਲਾ ਦੇ ਵਿੱਚ ਹੋਮ ਕੇਅਰ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਬਸ ਇਹੀ ਰਿਕਵੈਸਟ ਕਰਨਾ ਚਾਹੁੰਦੀ ਆ ਕੀ ਤੁਸੀਂ ਕਦੇ ਵੀ ਇਹ ਜੇਕਰ ਤੁਹਾਡੇ ਨਾਲ ਸਮਾਜ ਕਿਸੇ ਤਰ੍ਹਾਂ ਦਾ ਫਰਕ ਕਰਦਾ ਹੈ ਨਾ ਕਦੇ ਉਸ ਫਰਕ ਦਾ فاਸਲਾ ਇੰਨਾ ਵੱਡਾ ਨਾ ਹੋਵੇ ਕਿ ਤੁਹਾਡੇ ਹੱਥਾਂ ਚੋਂ ਨਿਕਲ ਜੇ ਤੁਸੀਂ ਜਿਸ ਤਰ੍ਹਾਂ ਦੇ ਵੀ ਉਹ ਉਸ ਗੱਲ ਨੂੰ ਐਕਸੈਪਟ ਕਰ ਲਓ ਤੇ ਇੱਕ ਦੁਨੀਆ ਲਈ ਮਿਸਾਲ ਬਣ ਜਾਓ ਅੱਜ ਉਸ ਫਾਸਲੇ ਨੇ ਮੈਨੂੰ ਮੈਨੂੰ ਇਸ ਫਾਸਲੇ ਨੇ ਇਸ ਮੁਕਾਮ ਤੱਕ ਪਹੁੰਚਾਇਆ ਕਿ ਮੈਂ ਅਜ ਇੰਨੀ ਫੇਮਸ ਹੋ ਗਈ ਬਸ ਮੈਂ ਇਹ ਕਹਿਨੀ ਹੈ ਕਿ ਤੁਸੀਂ ਜਿਸ ਤਰ੍ਹਾਂ ਦੀ ਵੀ ਉਸ ਨੂੰ ਐਕਸੈਪਟ ਕਰ ਲੋ ਤੇ ਦੁਨੀਆ ਲਈ ਇੱਕ ਮਿਸਾਲ ਬਣ ਜਾਓ ਤੇ ਲੋਕਾਂ ਨੂੰ ਜਿਉਂਕੇ ਦਿਖਾ ਦਿਓ ਤੇ ਇੱਕ ਡਾਇਮੰਡ ਬਣ ਜਾਓ ਬਾਸ ਜੱਸ ਸਾਹਿਬ ਨੇ ਕਿਹਾ ਕਿ ਜਾਂ ਤਾਂ ਸਾਰੇ ਲੈਨਦਾਰਾਂ ਦੇ ਪੈਸੇ ਦੇ ਦੇ ਨਹੀਂ ਤਾਂ ਅਗਲੀ ਤਰੀਕ ਤੇ ਜੇਲ੍ਹ ਜਾਣ ਵਾਸਤੇ ਤਿਆਰ ਹੋ ਜਾ ਮੇਰੀ ਕੰਪਨੀ 플ੌਟ ਸਭ ਕੁਝ ਵਿਕ ਚੁੱਕਿਆ ਸੀ ਮੇਰੇ ਉੱਪਰ 60 ਲੱਖ ਤੋਂ ਜ਼ਿਆਦਾ ਦਾ ਕਰਜ਼ਾ ਸੀ ਡਾਕਟਰ ਨੇ ਕਿਹਾ ਵੀ ਜਾਂ ਤਾਂ ਤੂੰ ਹਸਪਤਾਲ ਦੇ ਵਿੱਚ ਦਾਖਲ ਹੋ ਜਾ ਨਹੀਂ ਤਾਂ ਤੇਰਾ ਬਚਣਾ ਬਹੁਤ ਔਖਾ ਹੈ। چاہے ਤੁਸੀਂ ਮੈਨੂੰ ਅੰਦਰ ਕਰਵਾ ਦਿਓ ਮੈਂ ਹੁਣ ਭੱਜਣਾ ਨਹੀਂ। ਮੈਂ ਹੁਣ ਇੱਥੇ ਖੜਾ ਹਾਂ ਮੈਂ ਇੱਥੇ ਹੀ ਖੜਾ ਰਹੂੰਗਾ। ਉਹਨਾਂ ਨੇ ਉਦੋਂ ਮੈਨੂੰ ਇੱਕ ਇਹੋ ਜੀ ਗੱਲ ਸਮਝਾਈ ਕਿ ਜਿਸ ਗੱਲ ਨੇ ਮੇਰੀ ਜ਼ਿੰਦਗੀ ਨੂੰ ਕੰਪਲੀਟਲੀ ਚੇਂਜ ਕਰਕੇ ਰੱਖ ਦਿੱਤਾ